ਅੱਜ ਦੇ ਦੌਰ ਦੇ ਵਿੱਚ ਅਜਿਹੇ ਵਾਕਏ ਵੇਖਣ ਨੂੰ ਮਿਲ ਰਹੇ ਨੇ ਕਿ ਕਿਵੇਂ ਆਪਣੇ ਹੀ ਰਿਸ਼ਤਿਆਂ ਨੂੰ ਲੋਕ ਤਾਰ ਤਾਰ ਕਰਨ ਦੇ ਵਿੱਚ ਲੱਗੇ ਹੋਏ ਨੇ। ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਲੱਖਾ ਸਿੰਘ ਵਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸ਼ਾਦੀਸ਼ੁਦਾ ਲੜਕੇ ਵੱਲੋਂ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਹੋਇਆਂ ਉਸਨੂੰ ਬਿਨਾਂ ਤਲਾਕ ਦਿੱਤੇ ਚੋਰੀ ਛਿਪੇ ਦੂਜਾ ਵਿਆਹ ਕਰਵਾ ਰਿਹਾ ਸੀ। ਜਿਸ ਵਿਆਹ ਦੇ ਪੰਡਾਲ ਦੇ ਵਿੱਚ ਲਾੜਾ ਫੇਰਿਆਂ ਦੇ ਲਈ ਬੈਠਾ ਸੀ, ਉਸ ਜਗ੍ਹਾ ਉੱਤੇ ਉਸਦੀ ਪਹਿਲੀ ਪਤਨੀ ਪਹੁੰਚ ਗਈ, ਜਿਸ ਨੇ ਉੱਥੇ ਪਹੁੰਚ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਮਲਾ ਕਾਫੀ ਪੱਕ ਗਿਆ। ਇਸ ਦੌਰਾਨ ਨੇ ਕਿਸੇ ਵੱਲੋਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ। ਦੱਸ ਦਿੰਦੇ ਕਿ ਦੂਜਾ ਵਿਆਹ ਕਰਵਾਉਣ ਚੱਲੇ ਲਾੜੇ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਤਨੀ ਨੂੰ ਇਨਸਾਫ ਦੇਣ ਦੀ ਗੱਲ ਵੀ ਕੀਤੀ ਗਈ ਹੈ। ਹਰਮੇਸ਼ ਕੌਰ, ਪਿੰਡ ਇੱਥੇ ਲਾੜੀਆਂ ਮੇਗਾ 5 ਗ੍ਰਾਈ ਠਾੜ 2021 ਫਰਵਰੀ 2 ਪਰਮਜੀਤ ਨਾਲ, ਪਰਮਜੀਤ ਨਾਲ ਹਾਂਜੀ ਕੁੱਟਮਾਰ ਕਰਕੇ ਕੱਢ ਦਿੱਤਾ ਨੇ। ਕਿੰਨੀ ਦੇਰ ਹੋ ਗਈ ਕੱਢੇ? 4 ਸਾਲ ਹੋ ਗਿਆ। ਕੋਈ ਕੇਸ ਵੀ ਚੱਲਦਾ? ਹਾਂਜੀ। ਕਿੱਥੇ ਚੱਲਦਾ? ਪਹਿਲਾਂ ਇੱਥੇ ਵਾਹਵਾ ਸੈਲਰ ਚ ਮੈਡਮ ਤੇ ਦਰਖਾਸਤ ਉੱਥੇ ਰਾਜੀਨਾਮਾ ਇਹਨਾਂ ਕਰਾ ਕੇ ਕਹਿੰਦੇ ਲੈ ਜਾਵਾਂਗੇ, ਮੁੜ ਕੇ ਲੈਣ ਹੀ ਨੀ ਆਏ 3-4 ਸਾਲ ਹੋ ਗਏ। ਹਾਂ ਤੇ ਅੱਜ ਹੁਣ ਨਵਾਂ ਵਿਆਹ ਕਰਾਉਣ ਲੱਗੇ। ਹਾਂਜੀ ਤੇ ਇਹ ਹੁਣ ਬੇਰੰਗੀ ਅਸਥੀ ਫੜਿਆ ਗਿਆ ਹੁਣ। ਹਾਂ ਇੱਥੇ ਮਦੋਟ ਥਾਣੇ ਚ। ਹਾਂਜੀ ਕਾਨੂੰਨੀ ਕਾਰਵਾਈ? ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ। ਤਲਾਕ ਦਿੱਤਾ? ਨਹੀਂ ਤਲਾਕ ਨੀ ਦਿੱਤਾ। ਹਾਂ ਇੱਕ ਤਰਫੀ ਆਪ ਕੇਸ ਜਿੱਤਾ ਫਿਰ ਜਾਂਦਾ ਮੇਰਾ ਤਲਾਕ ਹੋ ਗਿਆ, ਪਰ ਤਲਾਕ ਨੀ ਅਸਾਂ ਦਿੱਤਾ। ਅੱਜ ਤੁਸੀਂ ਇਹਦੀ ਪੜਤਾਲ ਫੇਰ ਵੀ ਕਰ ਰਹੇ ਹੋ? ਹਾਂਜੀ 4 ਵਜੇ ਦੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾ ਰਹੇ ਕੋ ਕਿੱਥੇ ਖਲਵਾ ਲੱਗ ਰਹੇ ਸੀ ਇੱਥੇ ਵਿਆਹ ਸੀ? ਹਾਂਜੀ ਪਤਾ ਲੱਗ ਗਿਆ। ਹਾਂਜੀ ਕੀ ਬਰਾਤ ਨੇ? ਹਾਂਜੀ ਹਾਂਜੀ ਬਰਾਤ ਵੀ ਆਈ ਹੈ। ਹੁਣ ਕੀ ਮੰਗੋ? ਕਾਰਵਾਈ ਕਾਰਵਾਈ ਹੁਣ ਮੋਟਰਸਾਈਕਲ ਵੀ ਪਹਿਲਾਂ ਮੰਗ ਸੀ ਨਾ, ਮੋਟਰਸਾਈਕਲ ਨਾ ਦੇਣ ਕਰਕੇ ਤਾਂ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵੀ ਵਿਆਹ ਕਰਦਾ। ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ? ਬਕਾਰ ਵੀ ਇਹੋ ਹੀ ਪੁਲਿਸ ਕਾਰਵਾਈ ਕਰੇ, ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ। ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ, ਗਰੀਬ ਬੰਦੇ ਆ, ਸਾਡੇ ਕੋਲ ਇੰਨੀ ਨੀ ਗੁੰਜਾਇਸ਼ ਸੀਗੀ ਰੋ ਰੋ ਦੀ ਬੰਦੇ ਇਕੱਠੇ ਕਰਨੇ ਭੱਜ ਦੌੜ ਕਰਨੇ, ਇਹ ਨੀ ਸਾਡੇ ਕੋਲ ਹੋ ਸਕਦਾ। ਮੇਰਾ ਨਾਂ ਜੀ ਜੋਗਿੰਦਰ ਸਿੰਘ ਹੈ ਜੀ, ਮੈਂ ਪਿੰਡ ਮੇਰਾ ਚੱਕ ਟਾਈਪ ਵੀ ਹੈ ਜੀ। ਲੜਕੀ ਮੇਰੇ ਚਾਚੇ ਦੀ ਕੁੜੀ ਹੈ ਜੀ, 6 ਭੈਣਾਂ ਨੇ ਮੇਰੇ ਚਾਚੇ ਦੀ ਕੁੜੀ। ਕੀ ਹੋਇਆ ਸੀ? ਇਹ ਅੱਜ ਜੀ ਅੱਜ ਬਰਾਤ ਆਇਆ ਉਹ ਸੁਰਜੀਤ ਸਿੰਘ ਦੇ ਮੁੰਡੇ ਨੂੰ। ਪਹਿਲਾਂ ਕਿੱਥੇ ਗਈ? ਪਹਿਲਾਂ ਇਹ ਕੁੜੀ ਇਧਰ ਲਾੜੀਆਂ ਵਿਆਹੀ ਸੁਰਜੀਤ ਵਾਲੇ। ਤੁਹਾਡੀ ਭੈਣ? ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸੁਰਜੀਤ ਵਾਲੇ ਵਿਆਹੀ ਸੀ, ਪਰ 4 ਸਾਲ ਹੋ ਗਿਆ, 4 ਸਾਲ ਕੁੜੀ ਬੂਹੇ ਤੇ ਬੈਠੀ ਏ, ਕੁੱਟਮਾਰ ਕਰਦਾ ਸੀ। ਪਹਿਲਾਂ ਤੇ ਜੀ ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ, ਫਿਰ ਇਹਦਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ 'ਚ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ, ਉਹ ਵੀ ਸਾਡੇ ਕੋਲ ਪ੍ਰੂਫ ਨੇ, ਪਰ ਇਹਨੇ ਸਾਡੇ ਨਾਲ ਕੋਈ ਵੀ ਨਿਬੇੜੀ ਨਹੀਂ, ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ। ਉਹ ਤੋਂ ਬਾਅਦ 'ਚ ਇਹਨੇ ਆ ਕੇ ਅੱਜ ਪਿੰਡ ਲੱਖਾ ਅਲੀ ਲੱਖਾ ਅਜੀ ਦੇ ਵਿੱਚ ਆ ਕੇ ਬਰਾਤ ਆ ਗਿਆ। ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ, ਅਸੀਂ 2 ਮੁਲਾਜ਼ਮ ਲਏ ਨੇ ਪੁਲਿਸ ਵਾਲੇ, ਤੇ ਅਸੀਂ ਜਾ ਤੇ ਸਾਰੇ ਪਿੰਡ 40-50 ਜੀਆਂ ਨੇ ਜਾ ਤੇ ਅਸੀਂ ਉੱਥੋਂ ਫੜਿਆ ਤੇ ਅਸੀਂ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ, ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਡਿਆ, ਹੋਰ ਵੀ ਕਿਸੇ ਧੀ ਪੈਣ ਦਾ ਇਹ ਜਾਂਦਾ, ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾਫੀ ਕਰੇਦਾ, ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਿਆ ਮੇਰਾ, ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਅਸੀਂ ਇਹ ਮੰਗ ਕਰਦੇ ਵੀ ਸਾਨੂੰ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਵੀ ਇਹਨੂੰ ਗਰੀਬ ਕਰ ਨੂੰ ਪ੍ਰਸ਼ਾਸਨ ਨੂੰ ਇਹ ਇਨਸਾਫ਼ ਦਵਾਇਆ ਜਾਵੇ ਇਹਨਾਂ ਨੂੰ।
ਤੇ ਬਾਕੀ ਇਹਨਾਂ ਦੇ 6 ਕੁੜੀਆਂ ਨੇ। ਮੈਂ ਬਹੁਤ ਬਹੁਤੇ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ, ਮੇਰਾ ਚਾਚਾ ਬੇਰੁਜ਼ਗਾਰ ਹੈ, ਦਿਹਾੜੀ ਜਾਂਦਾ, ਉਹਦੀ ਉਹਨੂੰ ਕੋਈ ਉਹਦੇ ਕੋਲ ਤਰੀਕ ਵਾਸਤੇ ਰੁਪਈਆ ਨੀਗਾ। ਆਹ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਪਦੇ ਘਰੋਂ ਤੇਲ ਪਾ ਕੇ ਆਏ ਨੇ, ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਆ ਕੇ ਆਏ ਨੇ। ਉਹਨਾਂ ਗਰੀਬਾਂ ਕੋਲ ਤਾਂ ਇੱਕ ਤੇਲ ਪਾਉਣ ਦੀ ਵੀ ਗੁੰਜਾਇਸ਼ ਨਹੀਂ ਹੈ, ਮੰਨ ਲਓ ਉਹ ਤੇਲ ਨਹੀਂ ਪਾ ਸਕਦੇ, ਨਾਲੇ ਆ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ, ਤੇ ਅਸੀਂ 2.5 ਲੱਖ ਰੁਪਈਏ ਦੇ ਨੁਦਾਜ ਪਹਿਲਾਂ ਦਿੱਤਾ ਸ਼੍ਰੋਮਣੀ ਕਮੇਟੀ ਨੇ, ਜੀਰੇ ਸ਼੍ਰੋਮਣੀ ਕਮੇਟੀ ਜਿਹਦਾ ਵਿਆਹ ਵਾਹ ਸੀ ਗੁੜੀਆ ਦਾ, ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਦਾਜ ਦਿੱਤਾ ਇਹ ਬੰਦੇ ਨੂੰ, ਤੇ 1.5 ਲੱਖ ਇਹਨੂੰ ਅਸੀਂ ਆਪਣੇ ਕੋਲ ਦਿੱਤਾ, ਇਹਨੂੰ 3 ਲੱਖ ਰੁਪਈਆ ਦੇ ਗਿਆ, ਤੇ ਜੇ ਮੋਟਰਸਾਈਕਲ ਦੀ ਡਿਮਾਂਡ ਇਹਨੇ ਰੱਖੀ ਹੋਰ। ਅੱਜ 19 ਤਰੀਕ 5 ਮਈ 2024 ਨੂੰ ਅੱਜ ਫਿਰ ਇਹ ਦੁਬਾਰਾ ਲੱਖੇ ਆ ਜੀ, ਇੱਕ ਹੋਰ ਧੀ ਪੈਣ ਦਾ ਇਹ ਜ਼ਿੰਦਗੀ ਖਰਾਬ, ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਡਿਆ ਜਿਹੜਾ ਸਰਜੀਤ ਸਿੰਘ ਹੈ, ਇਹਨੂੰ ਇਨਸਾਫ਼ ਦੇ ਮੈਂ ਬੇਨਤੀ ਕਰਦਾ ਵੀ ਇਨਸਾਫ਼ ਨੂੰ ਮੰਗ ਕੀਤੀ ਜਾਵੇ ਸਾਡੀ। ਕੀ ਨਾਮ ਬਤਾ? 4 ਸਾਲ ਵਿਧੋ ਬੀਬੀ। ਆਪਣੀ ਕੁੜੀ ਨਾਲ ਵਿਆਹ ਹੋਇਆ, 4 ਸਾਲ ਹੋ ਗਏ ਨੇ, ਤੇ ਓਦੋ ਬਾਅਦ ਤੇ ਸਮਝੋ ਮੰਗਾ ਮੰਗਣ ਲੱਗ ਪਏ ਮੋਟਰਸਾਈਕਲ ਦੀਆਂ। ਹਾਂ ਰੋਲਾ ਚੱਲਦਾ ਰਹੇ, ਮੈਂ ਮੰਡਲ ਚ ਹੋਇਆ ਵੇ ਹਦਰਾਇ ਹੋਈ ਆ, ਖਾਦੇ ਗੂਠੇ ਲੱਗੇ ਕੁੜੀ ਤੇ ਕੋਈ ਨਾ ਅਸੀਂ ਦਰਖਾਸਤਾਂ ਲਾ ਦੇ ਪੁਲਿਸ ਵਾਲੇ ਆਉਂਦੇ ਸੀ ਤੇ ਹਟ ਜਾਂਦੇ ਸੀ, ਨਾ ਕੋਈ ਵੀ ਨੀ ਕਾਰਵਾਈ ਸਾਡੀ ਨੀ ਚੀ ਨੇ। ਅੱਜ ਕੁਛ ਨੀ, ਅੱਜ ਹੁਣ ਬਰਾਤ ਲੈ ਚੱਲਾ ਸੀ ਤੇ ਅਸੀਂ ਪਿੱਛਾ ਲਿਆ ਦਿਮਾਗ ਹੈ, ਬਰਾਤ ਨੂੰ ਫੜਿਆ ਬਰਾਤ, ਹਾਂ ਬਰਾਤ ਨੂੰ ਫੜਾ ਹੈ ਮੌਕੇ ਤੇ ਤੁਸੀਂ ਪਹੁੰਚੇ, ਵਿਆਹ ਹੋ ਰਿਹਾ ਸੀ, ਹਾਂ ਵਿਆਹ ਹੋ ਰਿਹਾ ਸੀ ਤੇ ਮੌਕੇ ਤੇ ਫੜਾ ਹੈ, ਹੁਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈ? ਹਾਂ ਪੁਲਿਸ ਫੜ ਕੇ ਲੈ ਆਉਂਦਾ ਹੈ, ਹੁਣ ਕਾਰਵਾਈ ਸਾਡੀ ਕੀਤੀ ਜਾਵੇ, ਹਾਂ ਹੋਣੀ ਚਾਹੀਦੀ ਹੈ। ਹਾਂ ਤੇ ਸਾਡੇ ਮਗਰ ਐਵੇਂ ਨਜਾਇਜ਼ ਪੈਸਾ ਲਾਉਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ, ਵਿਆਹ ਤੂੰ ਮੋੜ ਹਾਲ ਤਾਂ ਦਿੱਤਾ ਨੀ ਜਾਂਦਾ ਤਾਂ ਨਾ ਅਸੀਂ ਪੈਸੇ ਦੇ ਸਕਣੇ। ਮਸਲਾ ਇਹ ਕਿ ਬਰਾਤ ਆਈ ਸੀ, ਕਿੱਥੋਂ ਆਈ ਸੀ? ਇਹ ਲਾੜੀਆਂ ਵਿੱਚੋਂ ਸੁਣਨ ਵਿੱਚ ਆਈ ਹੈ ਮੈਨੂੰ। ਕਿਹਦੇ ਘਰੇ ਆਈ ਸੀ? ਇਹ ਆਪਣੇ ਜੋਗਿੰਦਰ ਸਿੰਘ ਨਿਹਾਲ ਸਿੰਘ ਦੇ, ਹਾਂਜੀ ਉਹਦੀ ਕੁੜੀ ਹੈ, ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ, ਮਸਲਾ ਸਾਡੇ ਕੋਲ ਆਇਆ ਹੈ, ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ, ਉਹ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ, ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ। ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ? ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ, ਤੇ ਉਹਨਾਂ ਕੋਲ ਡਾਕੂਮੈਂਟ ਨੇ, ਕੋਰਟ ਦੇ ਆਰਡਰ ਨੇ, ਹਾਂਜੀ ਤੇ ਮੁੰਡਾ ਪੁਲਿਸ ਦੇ ਹਵਾਲੇ ਕਰਨਗੇ।